ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਮਾਝੀ ਸਾਹਿਬ ਵਿੱਚ ਕੋਰੋਨਾ ਵਾਇਰਸ ਤੋਂ ਦੁਨੀਆਂ ਨੂੰ ਨਿਜਾਤ ਦਿਵਾਉਣ ਲਈ ਅੱਜ SCPC ਦੁਆਰਾ ਪਰਸੋਂ ਤੋਂ ਰਖਵਾਏ ਗਏ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ। SCPC ਦੇ ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਮਹਿਤਾ ਦਾ ਕਹਿਣਾ ਹੈ ਕਿ ਇਸ ਸ੍ਰੀ ਅਖੰਡਪਾਠ ਸਾਹਿਬ ਵਿੱਚ ਅਰਦਾਸ ਕੀਤੀ ਗਈ ਹੈ ਕਿ ਦੁਨੀਆਂ ਨੂੰ ਕੋਰੋਨਾ ਵਾਇਰਸ ਤੋਂ ਨਿਜਾਤ ਮਿਲੇ ਅਤੇ ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਲਈ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ। ਆਪਣੇ ਆਸ ਪਾਸ ਸਫਾਈ ਰੱਖੀ ਜਾਵੇ ਅਤੇ ਹੱਥ ਨਾ ਮਿਲਾਏ ਜਾਣ। ਕੋਰੋਨਾ ਵਾਇਰਸ ਨਾਲ ਸੰਬੰਧਿਤ ਅੱਜ ਸਮੁੱਚਾ ਜਿਹੜਾ ਵਿਸ਼ਵ ਹੈ ਇਸ ਨਾਮਰਦ ਬਿਮਾਰੀ ਦੇ ਪ੍ਰਭਾਵ ਥੱਲੇ ਚੱਲ ਰਿਹਾ ਔਰ ਸਮੁੱਚੀ ਮਾਨਵਤਾ ਦੇ ਕਲਿਆਣਤਾ ਵਾਸਤੇ ਉਹਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਸਤੇ ਪਰਸੋਂ ਰੋਜ਼ ਤੋਂ 17 ਤਰੀਕ ਨੂੰ ਦੀਵਾਨ ਔਰ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਵੱਲੋਂ ਆਰੰਭ ਹੋਏ ਸੀ ਉਹਨਾਂ ਦਾ ਅੱਜ ਭੋਗ ਪਿਆ। ਸਤਿਗੁਰ ਦੇ ਮੁਬਾਰਕ ਚਰਨਾਂ 'ਚ ਅਰਦਾਸ ਕੀਤੀ ਗਈ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਆਪ ਇਸ ਸਮੇਂ 'ਤੇ ਸਮੁੱਚੀ ਮਾਨਵਤਾ ਦੀ ਬੌੜੀ ਕਰਨ, ਚੜ੍ਹ ਦੀ ਕਲਾ ਬਖਸ਼ਿਸ਼ ਕਰਨ, ਤੰਦਰੁਸਤੀ ਬਖਸ਼ਿਸ਼ ਕਰਨ ਤਾਂ ਕਿ ਸਮੁੱਚੀ ਮਾਨਵਤਾ ਆਪਸੀ ਭਾਈਚਾਰਾ ਇਸੇ ਤਰ੍ਹਾਂ ਬਣਿਆ ਰਹੇ, ਚੜ੍ਹ ਦੀ ਕਲ 'ਚ ਰਹਿਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਵੱਲੋਂ ਸ੍ਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਦਾਰੇ ਕਰਨ ਵਾਸਤੇ ਆ ਰਹੀ ਸਿੱਖ ਸੰਗਤ, ਜਾਂ ਭਾਵੇਂ ਕਿ ਅਜਿਹੀ ਗਿਣਤੀ ਬਹੁਤ ਵੱਡੇ ਪੱਧਰ 'ਤੇ ਘਟੀ ਹੈ, ਵਿਦੇਸ਼ੀ ਸ਼ਰਧਾਲੂ ਵੀ ਬਹੁਤ ਜ਼ਿਆਦਾ ਘਟਿਆ ਔਰ ਲੋਕਲ ਸੰਗਤ ਵੀ ਕਾਫੀ ਘੱਟ ਹੈ, ਪਰ ਜਿੰਨੀ ਵੀ ਸੰਗਤ ਆ ਰਹੀ ਹੈ ਉਹਦੇ ਉਹਨੂੰ ਪ੍ਰਾਪਰ ਢੰਗ ਨਾਲ ਇਸ ਮਾਰੂ ਪ੍ਰਭਾਵਾਂ ਤੋਂ, ਕੋਰੋਨਾ ਵਾਇਰਸ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣ ਲਈ ਅਵੇਅਰ ਵੀ ਕੀਤਾ ਜਾ ਰਿਹਾ, ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਦਰਸ਼ਨ ਦਾਰੇ ਕਰਨ ਦੇ ਸਮੇਂ ਦੇ ਦੌਰਾਨ ਉਹ ਆਪਸੀ ਫਾਸਲਾ ਬਣਾ ਕੇ ਰੱਖਣ, ਇੱਕ ਦੂਸਰੇ ਨੂੰ ਹੱਥ ਨਾ ਬੁਲਾਉਣ, ਜੱਫੀ ਨਾ ਪਾਉਣ, ਫਤਿਹ ਬੁਲਾ ਕੇ ਇੱਕ ਦੂਜੇ ਦਾ ਮਾਣ ਸਤਿਕਾਰ ਕਰਨ ਔਰ ਇਸੇ ਸੰਬੰਧ ਵਿੱਚ ਪ੍ਰਾਪਰ ਢੰਗ ਦਾ ਪ੍ਰਕਰਮਾਂ ਵਿੱਚ ਅਨਾਊਂਸਮੈਂਟ ਵੀ ਕੀਤੀ ਜਾ ਰਹੀ ਹੈ ਔਰ ਐਂਟਰੀਆਂ ਦੇ ਉੱਤੇ ਜਿੰਨੀਆਂ ਦਰਬਾਰ ਸਾਹਿਬ ਦੀਆਂ ਐਂਟਰੀਆਂ ਨੇ ਉਹਨਾਂ ਦੇ ਉੱਤੇ ਆ ਰਹੀ ਸਿੱਖ ਸੰਗਤ ਦੇ ਪ੍ਰਾਪਰ ਢੰਗ ਦਾ ਸੈਨੀਟਾਈਜ਼ ਵੀ ਕੀਤਾ ਜਾ ਰਿਹਾ, ਸੇਵਾਦਾਰਾਂ ਦੀ ਸਮੁੱਚੇ ਤੌਰ 'ਤੇ ਸਾਫ਼ ਸਫਾਈ ਦਾ ਪ੍ਰਾਪਰ ਢੰਗ ਦਾ ਧਿਆਨ ਰੱਖਿਆ ਜਾ ਰਿਹਾ, ਭਾਵੇਂ ਕਿ ਸਾਰਾ ਕੁਝ ਪਹਿਲਾਂ ਦੀ ਤਰ੍ਹਾਂ ਹੀ ਚੱਲਦਾ ਪਰ ਕਿਉਂਕਿ ਇਸ ਸਮੇਂ ਦੇ ਵਿੱਚ ਵੀ ਜੋ ਲੋੜੀਂਦੇ ਪ੍ਰਬੰਧ ਉਹ ਕੀਤੇ ਗਏ ਔਰ ਕਰ ਰਹੇ ਹਾਂ। ਥੈਂਕ ਯੂ। ਆਵਾਜ਼ ਕਮ ਟੀਵੀ ਲਈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ।